9876543321 ਇਹ ਲਿਖ ਲੈਂਦਾ ਬੱਚਾ, ਫਿਰ ਇੱਧਰ ਲਿਖ ਲੈਂਦਾ 0123456789 ਇਹ ਇਹ 9 ਦਾ ਪਹਾੜਾ ਬਣ ਜਾਂਦਾ, ਪਰ ਇਹ ਸਾਰਿਆਂ ਨੂੰ ਆਉਂਦਾ। ਲੇਕਿਨ ਗੱਲ ਇਹ ਹੈ ਕਿ ਜੇ ਅਸੀਂ ਇਸ ਨੂੰ 99 ਦਾ ਬਣਾਉਣਾ ਚਾਹੁੰਦੇ ਹਾਂ ਤਾਂ ਕੀ ਕਰੀਏ? ਪਰ 99 ਦਾ ਕਿਵੇਂ ਬਣਾਈਏ? ਆ ਜਾਓ ਫਿਰ 99 9 ਦੇ ਪਹਾੜੇ 'ਚ ਹੈ ਕੀ? ਇਹਦੇ ਮਤਲਬ ਪਿੱਛੇ ਇਹੀ ਅੱਖਰ ਆਉਣੇ ਆ, ਲਿਖ ਦਿਉ 9876543210। ਹੁਣ 99 ਹੈ ਤਾਂ 99 ਦਾ ਨਾਇਆ ਹੀ ਆਉਣਾ, ਦੇਖ ਰਹੇ ਹੋ ਇਹ ਨਾਇਆ ਆ ਗਿਆ। ਹੁਣ ਇਹ ਕੀ ਹੈ, ਇਹ 99 ਹੈ, ਆਹ ਬਣ ਗਿਆ, ਆਹ ਬਣ ਗਿਆ, ਆਹ ਬਣ ਗਿਆ। ਲਓ ਜੀ 99 ਦਾ ਪਹਾੜਾ ਤਿਆਰ ਹੋ ਗਿਆ, ਇਹ 99 ਦਾ ਪਹਾੜਾ ਕਰ ਲਓ। ਉਹ 99 1 99 99 ਤੋਂ ਨਾ 100 ਪੁਰਾਣੇ ਮੈਥਡ 'ਚ ਆ ਜਾਓ, ਜੇ ਨਹੀਂ ਸਮਝ ਆਇਆ ਤਾਂ 99 ਤੋਂ ਆ 297 99 ਚੌਕਾ 396। ਮਤਲਬ ਇਹ ਇਸ ਤਰ੍ਹਾਂ ਦੇ ਨਾਲ ਪੜ੍ਹਾਈ ਕਰਾਈ ਜਾਊਗੀ ਨਾ। ਅੱਛਾ ਸਰ, ਹੋ ਬਾਜੂ ਕੋਈ ਦੇਖ ਰਿਹਾ ਸੀ, ਮੈਂ ਕਿਹਾ ਬਸ ਨਿਬੜ ਵੀ ਗਿਆ ਇੰਨੀ ਛੇਤੀ। ਲੈ ਨਿਬੜਨ ਦੀ ਗੱਲ ਕਹਿੰਦੇ ਹੋ, ਮੈਥਮੈਟਿਕਸ ਤੇ ਪੜ੍ਹਾਈ ਦਾ ਨਿਬੜਨਾ ਕੀ ਹੁੰਦਾ? ਆ ਲਓ ਚੱਕੋ, ਹੁਣ ਇੱਧਰ ਲਾ ਦਿਓ 1 2 ਆਹ ਕੀ ਬਣ ਗਿਆ ਜੀ? ਓ 991 ਦਾ ਪਹਾੜਾ, 991 ਦਾ ਪਹਾੜਾ ਤਿਆਰ ਹੋ ਗਿਆ। ਵਾਹ ਜੀ ਵਾਹ, ਲੋ ਬਣਾਈ ਚੱਲੋ। ਲੈ ਬੱਚਾ ਮੈਂ ਕਹਿੰਦਾ ਕਲਾਸ 'ਚ ਉੱਠ ਕੇ ਦਿਖਾਵੇ, ਉਹ ਰੋਟੀ ਖਾਣੀ ਭੁੱਲ ਜੂਗਾ ਪਰ ਪਹਾੜੇ ਬਣਾਉਣੇ ਨਹੀਂ ਭੁੱਲੂਗਾ। ਇੰਨਾ ਸੌਖਾ ਸੀਗਾ, ਅਸੀਂ ਤਾਂ ਉਹੀ ਇੱਧਰ ਉੱਧਰ ਜਾਗਦੇ ਰਹੇ। ਮੈਂ ਤੁਹਾਨੂੰ ਇੱਕ ਆਹ ਵਰਗ ਦੀ ਗੱਲ ਸਮਝਾਉਂਦਾ ਕਿ ਆਹ ਇੱਕ ਮੇਰੇ ਕੋਲ ਵਰਗ ਹੈ। ਹੁਣ ਇਸ ਵਰਗ ਦੇ ਵਿੱਚ 1 ਤੋਂ ਲੈ ਕੇ 99 ਤੱਕ ਤੁਸੀਂ ਕੋਈ ਵੀ ਨੰਬਰ ਬੋਲ ਸਕਦੇ ਹੋ। 22 ਲਓ ਜੀ, ਇਹਨਾਂ ਨੇ ਬੋਲਿਆ 22। ਤਾਂ ਹੁਣ ਮੈਂ ਤੁਹਾਨੂੰ ਇੱਥੇ ਇੱਕ ਇੱਕ ਮੈਥਮੈਟਿਕਸ ਦਾ ਤਜਰਬਾ ਕਰਕੇ ਦਿਖਾਉਂਦਾ ਕਿ ਮੈਂ ਕੁਛ ਅੰਕ ਲਿਖ ਰਿਹਾ, ਇਹਨਾਂ ਅੰਕਾਂ ਦੇ ਲਿਖਣ ਦੇ ਨਾਲ ਮੈਂ ਤੁਹਾਨੂੰ ਦਿਖਾਊਂਗਾ ਕਿ ਇਹ ਸਾਰੇ ਪਾਸੇ 22 22 22 22 22 22 ਕਰ ਦੂੰਗਾ ਮੈਂ। ਤੁਸੀਂ ਦੇਖਦੇ ਚੱਲੋ ਕਿ ਤੁਸੀਂ ਹੈਰਾਨ ਹੋਵੋਗੇ ਕਿ ਇਹ 22 ਕਿਵੇਂ ਹੋ ਗਿਆ। ਚਲੋ ਜੀ ਜੋੜੋ, 12 7 19 19 ਤੇ 1 20 20 ਤੇ 2 22 8 ਤੇ 1 9 ਤੋਂ 11 ਤੇ 11 22 5 10 ਤੇ 15 ਤੇ 18 4 9 6 15 ਤੇ 18 4 7 2 9 4 13 9 6 3 9 10 ਤੇ 12 10 3 13 ਤੇ 8 21 ਤੇ 1 5 4 9 ਤੇ 11 20 ਤੇ 2 ਇੱਥੇ ਬਸ ਨਹੀਂ, 10 4 14 15 7 9 3 12 8 20 ਤੇ 2 ਮੈਂ ਕਹਿੰਦਾ 22 ਜੀ ਕਰਾਤਾ ਕਿ ਨਹੀਂ? ਆਹ ਲੱਚਕ ਬਾਈ, ਹਾਲੇ ਕਿਤੇ ਖਤਮ ਹੋ ਗਈ ਕਹਾਣੀ? ਨਾ ਨਾ ਨਾ, ਇਹ ਨਹੀਂ ਮੁੱਕਦੀ ਹੈ, ਇਹ ਮੈਥਮੈਟਿਕਸ ਹੈ, ਇੰਨੀ ਦਿਲਚਸਪ ਵਿਸ਼ਾ। ਤੁਸੀਂ ਇੱਕ 22 ਨੰਬਰ ਬੋਲਿਆ, ਜਿਹੜਾ ਮਰਜ਼ੀ ਬੋਲੋ ਉਹਦਾ ਵਰਗ ਰੈਂਡਮ, ਬਸ ਕੋਈ ਨੰਬਰ ਤੁਸੀਂ ਬੋਲੋਗੇ ਉਸ ਨੰਬਰ ਨੂੰ ਅਸੀਂ ਇਸ ਨੂੰ ਮੈਜੀਕਲੀ, ਮਤਲਬ ਗੱਲ ਕੀ ਹੈ ਕਿ ਤੁਹਾਨੂੰ ਕਿ ਇੱਧਰ ਨੂੰ ਜੋੜਨਾ, ਇੱਧਰ ਨੂੰ ਜੋੜਨਾ, ਡਾਇਗਨਲੀ ਜੋੜਨਾ, ਵਰਗਾਂ 'ਚ ਜੋੜਨਾ, ਆਹ ਰੀਜ਼ਨਿੰਗ ਦੇ ਕੁਸ਼ਚਨ ਤੁਹਾਡੇ ਆਪਣੇ ਆਪ ਹੀ ਪ੍ਰੈਕਟਿਸ 'ਚ ਆ ਜਾਣੇ, ਪ੍ਰੈਕਟਿਸ 'ਚ ਆ ਜਾਣੇ। ਇੱਦਾਂ ਦੇ ਕਈ ਮੈਥਡ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੈਥਡ ਇਹ ਵੀ। ਮੈਂ ਹੁਣ ਪੁੱਛਾਂ ਇਹ ਪੋਸੀਬਲ ਕਿਵੇਂ ਹੋਇਆ? ਹੁਣ ਜੇ ਮੰਨ ਲਓ ਮੈਂ 44 ਬੋਲ ਦਿੰਦਾ, ਨਹੀਂ ਹੁਣ ਉਹੀ ਤਾਂ ਗੱਲ ਹੈ ਮੇਰੇ ਦਿਮਾਗ, ਕਿਉਂਕਿ ਅਕਸਰ ਕਈ ਵਾਰ ਕੀ ਹੁੰਦਾ ਨੀਚੇ ਕਮੈਂਟ ਕਰ ਲਾ ਜਾਂਦਾ ਕਿ ਨਹੀਂ ਪਹਿਲਾਂ ਹੀ ਦੱਸਿਆ ਹੋਊ ਜਾਂ ਪਹਿਲਾਂ ਹੀ ਉੱਧਰ ਨੂੰ ਕੀਤਾ ਹੋਊ। ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ, ਮੈਂ ਤਾਂ ਆਪ ਹੈਰਾਨ ਹੋ ਰਿਹਾ ਉਹਨੇ ਦੇਖ ਕੇ। ਭਾਈ ਤੁਸੀਂ ਨਹੀਂ 44 ਵੀ ਨਹੀਂ ਭਾਈ, ਮੈਂ ਦੱਸਦਾ। ਹਾਂ ਹਾਂ ਜਿਹੜਾ ਤੁਸੀਂ ਲਿਖੋ, ਤੁਸੀਂ ਦੇਖੋ, ਤੁਸੀਂ 87 ਜੀ। ਦੇਖੋ ਵਿਦਿਆਰਥੀ ਕੀ ਕਰਦੇ ਆ, ਵਿਦਿਆਪਕ ਕਿਤੇ ਫਸ ਤਾਂ ਜਾਵੇ, ਪੂਰੀ ਪਛਾਣ ਦੀ ਕੋਸ਼ਿਸ਼ ਕਰਦੇ ਆ ਅਧਿਆਪਕ ਨੂੰ। ਉਹ ਕੋਈ ਗੱਲ ਨਹੀਂ, ਅਧਿਆਪਕ ਵੀ ਤਿਆਰ ਹੁੰਦਾ ਵੀ ਮਜ਼ਾ ਆ ਰਿਹਾ ਵੀ ਚੱਲ ਤੂੰ ਲਿਖ ਬੋਲ ਸੀ, ਕਿਉਂਕਿ ਉਹਦੇ 'ਚ ਕੌਨਫੀਡੈਂਸ ਲੈਵਲ ਹੈ, ਅਧਿਆਪਕ ਨੂੰ ਪਤਾ ਵੀ ਮੈਂ ਕਰ ਲੈਣਾ। ਠੀਕ ਹੈ, ਤਾਂ ਹੁਣ ਆਹ ਦੇਖੋ, ਇਸ ਨੂੰ ਅਸੀਂ ਕਰਨ ਦੇ ਲਈ ਅਸੀਂ ਕਿਸ ਤਰ੍ਹਾਂ ਦੇ ਨਾਲ ਕਰ ਰਹੇ ਹਾਂ ਤੁਹਾਨੂੰ ਦੱਸੂਗਾ। ਇਹ ਨਹੀਂ ਹੈ ਅਧਿਆਪਕ ਇੱਕ ਇਹੋ ਜਿਹੀ ਮਤਲਬ ਸ਼ਖਸੀਅਤ ਹੈ ਜਿਹੜਾ ਨਾਲ ਨਹੀਂ ਕੁਛ ਲੈ ਕੇ ਜਾਂਦਾ, ਜਾਦੂਗਰ ਨਹੀਂ ਹੈ, ਨਾ ਹੀ ਇਹ ਕੋਈ ਜਾਦੂ ਹੈ, ਉਹ ਦੱਸ ਕੇ ਜਾਂਦਾ ਵੀ ਮੈਂ ਕਿਵੇਂ ਕਿਵੇਂ ਕਰ ਰਿਹਾ। ਠੀਕ ਹੈ ਨਾ, ਤਾਂ ਆਹ ਤੁਸੀਂ ਦੇਖੋ, ਹੁਣ ਆਹ ਜਿਹੜਾ 87 ਹੈ ਨਾ ਜੀ, ਤਾਂ ਹੁਣ ਇਸ ਨੂੰ ਅਸੀਂ ਤੁਹਾਡੇ ਸਾਹਮਣੇ ਅਸੀਂ ਲਿਖਤਾ ਹੋਇਆ, ਪਰ ਤੁਹਾਨੂੰ ਨਹੀਂ ਪਤਾ ਲੱਗਿਆ ਮੈਂ ਕੀ ਕਰਤਾ। ਇਸ ਤੋਂ ਬਾਅਦ ਦੱਸੂਗਾ, ਚਿੰਤਾ ਨਾ ਕਰੋ, ਪਹਿਲਾਂ ਚੈੱਕ ਕਰ ਲਈਏ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਵੀ ਹਰ ਚੀਜ਼ ਨੂੰ ਚੈੱਕ ਕਰਨਾ ਜ਼ਰੂਰੀ ਹੈ। ਜਦੋਂ ਸਵਾਲ ਕੱਢਣ ਤੋਂ ਬਾਅਦ ਪਿਛਲੇ ਆਨਸਰ ਮਿਲਾਓ, ਖੁਸ਼ੀ ਕਿਹੜੀ ਚੜ੍ਹ ਜਾਂਦੀ ਹੈ ਨਾ। ਹਾਂ, 12 ਤੇ 7 19 ਤੇ 1 20 20 ਤੇ 67 11 ਤੇ 8 19 ਤੇ 2 21 ਤੇ 66 69 ਤੇ 72 10 82 ਤੇ 5 ਲੈ ਮੈਂ, ਮੇਰੇ ਖਿਆਲ ਤੇ ਹੁਣ ਪਤਾ ਲੱਗ ਗਿਆ ਹੋਊਗਾ ਵੀ ਮਾਸਟਰ ਜੀ ਠੀਕ ਹੈ ਕਿ ਗਲਤ ਹੈ।
ਹੁਣ ਮੇਰੇ ਮਨ 'ਚ ਇਹ ਸਵਾਲ ਆ ਰਿਹਾ, ਦਰਸ਼ਕ ਵੀ ਦੇਖ ਰਹੇ ਹੋਣਗੇ, ਉਹਨਾਂ ਦੇ ਮਨਾਂ 'ਚ ਵੀ ਇਹ ਸਵਾਲ ਆ ਰਿਹਾ ਕਿ ਪੋਸੀਬਲ ਕਿਵੇਂ ਹੋ ਰਿਹਾ, ਇਹ ਕੀ ਲੌਜਿਕ ਹੈ ਇਹਦੇ ਵਿੱਚ? ਅਸੀਂ ਸੁਣਿਆ ਕਰਦੇ ਸੀ ਕਿ ਬੌਸ ਇਜ਼ ਆਲਵੇਜ਼ ਰਾਈਟ, ਹੈ ਨਾ? ਮੈਂ ਕਹਿੰਦਾ ਵੀ ਇਹਨੂੰ ਐਂ ਕਿਹਾ ਕਰੋ ਅਧਿਆਪਕ ਇਜ਼ ਆਲਵੇਜ਼ ਰਾਈਟ, ਬਸ ਉਹਦੀ ਗੱਲਾਂ ਮੰਨੋ। ਤੁਸੀਂ ਤੁਹਾਨੂੰ ਕਿੰਨੇ ਕਿੰਨੇ ਅਹੁਦਿਆਂ 'ਤੇ ਪਹੁੰਚਾ ਸਕਦਾ ਉਹ, ਤੁਸੀਂ ਸੋਚ ਕੇ ਤਾਂ ਦੇਖੋ ਵੀ ਅਧਿਆਪਕ ਹੀ ਇੱਕ ਐਸਾ ਮਤਲਬ ਹੀ ਸ਼ਖਸੀਅਤ ਹੈ ਜਿਹੜੀ ਤੁਹਾਨੂੰ ਅਰਸ਼ੋਂ ਫਰਸ਼, ਫਰਸ਼ੋਂ ਅਰਸ਼, ਹੈ ਨਾ, ਫਰਸ਼ੋਂ ਅਰਸ਼ ਕਰ ਸਕਦੀ ਹੈ। ਪਰ ਅਰਸ਼ੋਂ ਫਰਸ਼ ਤੁਸੀਂ ਕਹੋ ਜੀ, ਇਹ ਤੁਸੀਂ ਕੀ ਬੋਲਤਾ ਵੀ ਅਰਸ਼ੋਂ ਫਰਸ਼? ਅਰਸ਼ੋਂ ਫਰਸ਼ ਤਾਂ ਹੁੰਦਾ ਹੈ ਕਿ ਜੇ ਉਹਦੀ ਗੱਲ ਨਾ ਮੰਨੀ ਤਾਂ ਅਰਸ਼ੋਂ ਫਰਸ਼ ਵੀ ਹੋ ਜਾਏਗਾ, ਇਹ ਵੀ ਯਾਦ ਰੱਖੀ ਤੂੰ। ਤੋ ਇਸ ਕਰਕੇ ਤੁਹਾਡੇ ਸਾਹਮਣੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਤੁਸੀਂ ਨੰਬਰ ਬੋਲਦੇ ਹੋ ਨਾ, ਅਸਲ ਦੇ ਵਿੱਚ ਮੈਂ ਕੀ ਕਰਦਾ ਉਸ ਨੰਬਰ ਨੂੰ, ਮੈਂ ਇੱਕ ਮੈਥਡ ਤਿਆਰ ਕੀਤਾ ਹੋਇਆ ਵੀ 5 4 1 8 7 2, ਉਸ ਤੋਂ ਬਾਅਦ 7 ਤੇ 2 9 ਬਣ ਜਾਂਦਾ ਸਾਡੇ ਕੋਲ, ਠੀਕ ਹੈ ਜੀ। 9 ਤੋਂ ਬਾਅਦ 10, 10 ਤੋਂ ਬਾਅਦ 11, 11 ਤੋਂ ਬਾਅਦ 12, ਇਹ ਸਾਡਾ ਪੈਟਰਨ ਇਸ ਤਰ੍ਹਾਂ ਹੀ ਚੱਲੂਗਾ। ਕਿਸੇ ਵੀ ਕੁਐਸਚਨ ਨੂੰ ਕਰਨਾ ਸੋਲਵ, ਇਹ ਪੈਟਰਨ 12 ਤੱਕ ਇਸ ਤਰ੍ਹਾਂ ਹੀ ਰਹਿਣਾ। ਉਸ ਤੋਂ ਬਾਅਦ ਜਿਹੜਾ ਨੰਬਰ ਤੁਸੀਂ ਮੈਨੂੰ ਦੱਸੋਗੇ ਉਹਦੇ 'ਚੋਂ ਮੈਂ 20 ਘਟਾਉਣਾ, ਹਮੇਸ਼ਾ 20 ਘਟਾਉਣੇ। ਮੈਥਡ ਹੈ, ਤਰੀਕਾ ਹੈ, ਫਾਰਮੂਲਾ ਹੈ। 67 ਆਇਆ, 87 'ਚੋਂ 20 ਘਟਾਏ, ਹੁਣ 67 'ਚੋਂ 1 ਘਟਾਉਣਾ, ਇੱਥੇ ਲਿਖ ਦੇਣਾ, 67 'ਚ 1 ਜੋੜਨਾ, ਇੱਥੇ ਲਿਖ ਦੇਣਾ, 68 'ਚ 1 ਜੋੜ ਕੇ ਫਿਰ ਇੱਥੇ ਲਿਖ ਦੇਣਾ, ਜਿਹੜੇ ਜਿਹੜੇ ਖਾਨੇ ਖਾਲੀਆਂ ਉਹਨਾਂ ਨੂੰ ਪੂਰਾ ਕਰ ਦੇਣਾ। ਮੇਰੇ ਖਿਆਲ 'ਤੇ ਤੁਹਾਨੂੰ ਸਮਝ ਆ ਗਿਆ, ਨਹੀਂ ਤਾਂ ਇੱਕ ਹੋਰ ਕਰਕੇ ਦੇਖ ਲੈਂਦੇ। ਲਓ ਇੱਕ ਹੋਰ ਕਰੂਗਾ ਜੀ, ਨਹੀਂ ਇੱਕ ਹੋਰ ਦਰਸ਼ਕੋ, ਆਪਾਂ ਇੱਕ ਹੋਰ ਟਰਾਈ ਕਰਾਂਗੇ, ਕਿਉਂਕਿ ਹਾਲੇ ਕੁਝ ਚੀਜ਼ਾਂ ਭਾਈ ਦੁਬਾਰਾ ਕਰੋ। ਪਤਾ ਕੀ ਹੈ ਕਿ ਜਿੱਥੇ ਕੁਐਸਚਨ ਆ ਜਾਵੇ ਉੱਥੇ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਲੋਕ ਕਹਿੰਦੇ ਕਿ ਲੈ ਵੀ ਪਤਾ ਨਹੀਂ ਕੀ ਐਵੇਂ ਬਣਾਈ ਜਾਂਦੇ ਨੇ, ਐਵੇਂ ਬੋਲੀ ਜਾਂਦੇ ਨੇ, ਕੋਈ ਹੋਰ ਸਕੀਮ ਪਾਈ ਹੋਊਗੀ ਪਿੱਛੋਂ। ਆਪਾਂ ਇੱਕ ਹੋਰ ਕਰਕੇ ਦੇਖਦੇ ਹਾਂ ਭਾਈ, ਤੁਸੀਂ ਲਾਓ, ਤੁਸੀਂ ਲਾਓ 78 ਲਾਓ ਭਾਜੀ, 78 ਲਓ ਜੀ। ਹੁਣ ਦੇਖੋ ਤੁਹਾਨੂੰ ਮੈਂ ਦੱਸਿਆ ਵੀ ਇਹ ਸਾਡਾ ਪੈਟਰਨ ਹੈ, ਇੱਥੇ ਅਸੀਂ ਇਹ ਲਿਖਣਾ, ਇੱਥੇ ਅਸੀਂ ਇਹ ਲਿਖਣਾ, ਇੱਥੇ ਅਸੀਂ ਇਹ ਲਿਖਣਾ, ਇੱਥੇ ਅਸੀਂ ਇਹ ਲਿਖਣਾ। ਹੁਣ 7 ਤੇ 2 9 ਹੋ ਗਏ, 9 ਤੋਂ ਬਾਅਦ 10, 10 ਤੋਂ ਬਾਅਦ 11, 11 ਤੋਂ ਬਾਅਦ 12, ਇਹ ਪੈਟਰਨ ਸੇਮ ਰਹੂਗਾ ਸਾਡਾ। ਹੁਣ ਜਿਵੇਂ ਤੁਸੀਂ ਓਰੋ ਸ਼ੁਰੂ ਕੀਤਾ, ਓਰੋ ਇੱਧਰ ਨੂੰ, ਫਿਰ ਓਰੇ, ਫਿਰ ਓਰੇ, ਫਿਰ ਯਾਨੀ ਇੱਧਰ ਨੂੰ ਐ ਘੁਮਾਉਂਦੇ ਗਏ। ਬਸ ਗੱਲ ਕੀ ਹੈ ਇੱਥੇ, ਮੈਂ ਤੁਹਾਨੂੰ ਇਹ ਵੀ ਕਲੀਅਰ ਕਰਦਾ ਕਿ ਆਹ ਜਿਹੜੀ ਚੀਜ਼ ਹੈ ਨਾ ਆਪਾਂ ਬਣਾ ਰਹੇ ਸੀ 5 ਤੇ 4 9, ਇੱਕ ਐਸਾ ਜਾਦੂ ਹੀ ਨੰਬਰ ਕਿਹਾ ਜਾਂਦਾ, ਨੰਬਰ ਨੂੰ ਜਾਦੂ ਇਸ ਲਈ ਕਿਹਾ ਜਾਂਦਾ ਵੀ ਇਹ ਬਹੁਤ ਸਾਰੇ ਹਿੰਸਿਆਂ ਦੇ ਵਿੱਚ ਕੰਮ ਕਰਦਾ। ਹੁਣ ਤੁਸੀਂ ਦੇਖੋ 1 ਤੇ 8, 3 ਤੇ 6, 7 ਤੇ 2, ਉਹੀ ਮੈਂ 9 ਬਣਾਈ ਗਿਆ, 9 ਖੁੰਜੇ ਰੱਖ ਲਿਆ, 9 ਤੋਂ ਬਾਅਦ 10 11 ਤੇ 12। ਬਸ ਹੁਣ ਇਹਦੇ 'ਚ 78 'ਚੋਂ ਅਸੀਂ 20 ਘਟਾਉਣੇ, 78 'ਚੋਂ 20 ਘਟਾਏ, 58 ਆ ਗਿਆ। ਹੁਣ 58 ਤੋਂ 1 ਘੱਟ ਇੱਥੇ ਲਿਖ ਲੈਣਾ, 58 ਤੋਂ 1 ਵੱਧ ਇੱਥੇ ਲਿਖ ਲੈਣਾ, ਇਹ ਤੋਂ 1 ਵੱਧ ਇੱਥੇ ਲਿਖ ਲੈਣਾ, ਬਸ ਆਹ ਕੰਮ ਹੋ ਗਿਆ ਸਾਡਾ ਪੂਰਾ। ਹੁਣ ਦੇਖ ਲਓ 58 ਤੇ 12 70 71 ਤੇ 7 78, 59 ਤੇ 4 63, 63 ਤੇ 9 72 ਤੇ 6 78, ਜਿਹੜਾ ਨੰਬਰ ਬੋਲੋਗੇ ਬਣੂਗਾ ਉਹੀ, ਚਿੰਤਾ ਨਾ ਕਰੋ। ਜੇ ਮੈਂ ਇਹ ਇਹ ਆਪਣੇ ਕਿਸ ਕੰਮ ਦੇ ਵਾਸਤੇ, ਜਿਵੇਂ ਜੇ ਜਿਹੜੇ ਦਰਸ਼ਕ ਦੇ ਰਹੇ, ਕਿਸ ਕੰਮ ਵਾਸਤੇ ਯੂਜ਼ ਕੀਤੀ ਜਾਂਦੀ ਹੈ? ਇਹ ਹੈ ਪ੍ਰੈਕਟਿਸ ਨੂੰ ਵਧਾਉਣ ਦੇ ਲਈ। ਤੁਹਾਨੂੰ ਜਦੋਂ ਇਹ ਚੀਜ਼ਾਂ ਆਉਣ ਲੱਗ ਜਾਣਗੀਆਂ, ਇੱਕ ਤਾਂ ਤੁਹਾਡੀ ਦਿਲਚਸਪੀ ਵਧੀ, ਯਾਰ ਇਹ ਹੋਇਆ ਕਿਵੇਂ, ਤੁਸੀਂ ਮੇਰੇ ਦੇਖਦੇ ਦੇਖਦੇ 2-3 ਵਾਰੀ ਮੈਨੂੰ ਇਹ ਪੁੱਛਿਆ ਵੀ ਕਿਵੇਂ ਹੋਇਆ ਕਿਵੇਂ ਹੋਇਆ, ਤਾਂ ਤੁਹਾਡੀ ਕਿਉਰਿਓਸਿਟੀ ਵਧ ਗਈ। ਕਿਉਰਿਓਸਿਟੀ ਵਧਣ ਦੇ ਨਾਲ ਤੁਸੀਂ ਆਪ ਕੀਤਾ ਤਾਂ ਤੁਹਾਡੇ ਜਿਹੜੇ ਦਿਮਾਗ ਦੇ ਵਿੱਚ ਚੱਲ ਰਹੀਆਂ ਗੱਲਾਂ ਸੀਗੀਆਂ ਉਹ ਸਾਰੀਆਂ ਰੈਸਟ 'ਚ ਆ ਗਈਆਂ, ਸਿਰਫ ਇਹੀ ਚੀਜ਼ਾਂ ਚੱਲ ਰਹੀਆਂ ਹੁਣ ਵੀ ਇਹ ਕਿਵੇਂ ਹੋਇਆ, ਇਹ ਕਿਵੇਂ ਹੋਇਆ, ਇਹ ਕਿਵੇਂ ਹੋਇਆ, ਤੁਹਾਡਾ ਮਤਲਬ ਇਹਦੇ ਨਾਲ ਅਟੈਚਮੈਂਟ ਹੋ ਗਈ। ਅਟੈਚਮੈਂਟ ਹੋਣ ਤੋਂ ਬਾਅਦ ਤੁਹਾਡੀ ਪ੍ਰੈਕਟਿਸ ਹੋ ਗਈ, ਫਿਰ ਤੁਹਾਨੂੰ ਜੋੜ ਕਰਨ ਲੱਗਿਆਂ ਤੁਹਾਡੀ ਹੋਰ ਪ੍ਰੈਕਟਿਸ ਵੱਧ ਗਈ, ਤੁਹਾਡਾ ਵਿਊ ਹੈ ਜਿਹੜਾ ਚੇਂਜ ਹੁੰਦਾ। ਹੁਣ ਤੁਸੀਂ ਮੰਨ ਲਓ ਵੀ ਕਿਤੇ ਕੋਈ ਜਗ੍ਹਾ ਦੇਖਣ ਜਾ ਰਹੇ ਹੋ ਤਾਂ ਉੱਥੇ ਜਾ ਕੇ ਤੁਸੀਂ ਕੀ ਦੇਖਦੇ ਹੋ? ਵਿਊ ਦੇਖਦੇ ਹੋ, ਵਿਊ ਦੇ ਨਾਲ ਤੁਹਾਡਾ ਯਾਰ ਇਹ ਦੁਕਾਨ ਵਧੀਆ, ਇਹ ਬਹੁਤ ਵਧੀਆ ਹੋਊਗੀ, ਭਾਵੇਂ ਨਾ ਹੋਵੇ ਪਰ ਤੁਹਾਡੇ ਮਨ ਦੇ ਵਿੱਚ ਇੱਕ ਪਰਸੈਪਸ਼ਨ ਆ ਜਾਂਦੀ ਹੈ ਵੀ ਇਹ ਵਧੀਆ ਹੀ ਹੋਊਗੀ। ਤਾਂ ਉਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਡਿਵੈਲਪ ਕਰਦਾ ਸਾਡਾ ਮੈਥੇਮੈਟਿਕਸ ਹੈ ਜਿਹੜਾ, ਠੀਕ ਹੈ। ਦਰਸ਼ਕੋ ਆਪਾਂ ਦੇਖ ਲੈਂਦੇ ਹੁੰਦੇ ਹਾਂ ਕਿ ਮੈਥ ਨੂੰ ਜਿਹੜਾ ਇੱਕ ਬਹੁਤ ਵੱਡਾ, ਜਿਵੇਂ ਕਹਿੰਦੇ ਨਾ, ਵੱਡਾ ਹਊਆ ਬਣਾ ਲੈਂਦਾ ਬੰਦਾ, ਬਸ ਇੱਕ ਜਿਵੇਂ ਸਰ ਨੇ ਕਿਹਾ ਕਿ ਇੱਕ ਨਜ਼ਰੀਆ ਵਿਊ, ਜੇ ਨਜ਼ਰੀਆ ਬਦਲ ਜਾਵੇ, ਜਿਵੇਂ ਹੁਣੇ ਮਿੰਟ 'ਚ ਨਜ਼ਰੀਆ ਬਦਲ ਗਿਆ ਸੀ, ਅਸੀਂ ਤਾਂ ਆਪ ਸਾਡੇ ਕੈਮਰਾਮੈਨ ਵੀ ਸੋਚੀ ਜਾਣਗੇ ਪਤਾ ਨਹੀਂ ਕਿਵੇਂ 22-23 ਆਈ ਜਾਂਦਾ, ਕਦੇ 67 ਆ ਗਿਆ ਬਾਈ। ਹੁਣ ਇੱਕ ਆਖਰ ਦੇ ਵਿੱਚ ਕੋਈ ਹੋਰ ਨੁਕਤਾ ਜ਼ਰੂਰ ਦੱਸ। ਨਾ ਇਹਦਾ ਨੁਕਤਾ ਮੈਨੂੰ ਇੱਕ ਹੋਰ ਯਾਦ ਆ ਗਿਆ ਵੀ ਕਮਾਲ ਦੀ ਗੱਲ ਹੈ ਕਿ ਬੱਚਿਆਂ ਨੂੰ ਕਹੋ ਵੀ ਇੱਥੇ ਲਿਖ 269, ਇੱਥੇ ਵਿਚਕਾਰ ਜਿੰਨੇ ਸਾਲ ਦਾ ਤੂੰ ਹੈਗਾ ਉਹ ਲਿਖ ਲੈ, ਇਹਨੂੰ 39 ਨਾਲ ਗੁਣਾ ਕਰ ਲੈ। ਲਓ ਜੀ ਹੁਣ ਮੈਂ ਤੁਹਾਨੂੰ ਹੀ ਪੁੱਛਦਾ ਕੰਨਾ ਸਾਹਿਬ ਵੀ ਤੁਸੀਂ ਆਪਣੀ ਉਮਰ ਇੱਥੇ ਲਿਖਵਾ ਦਿਓ ਮੈਨੂੰ, 27 ਤਾਂ ਲਓ ਜੀ ਤੁਹਾਡਾ ਜਵਾਬ ਆ ਗਿਆ।
ਤੁਸੀਂ ਇਹਨੂੰ ਗੁਣਾ ਕਰ ਲਓ ਕੈਲਕੂਲੇਟਰ ਤੇ ਤੁਹਾਡਾ ਜਵਾਬ ਨਿਕਲਣੇ ਹੁਣ ਮੈਂ ਦਿਖਾਉਂਦਾ ਤੁਹਾਨੂੰ ਹੁਣ ਇਹ 259 ਗੁਣਾ ਅਸੀਂ ਕੀਤਾ 27 ਗੁਣਾ ਅਸੀਂ ਕੀਤਾ 39 ਲਓ ਜੀ ਦੇਖੋ ਜਵਾਬ 27 ਇਹ ਹੈ ਕਾਰਨਾਮੇ ਮੈਥਮੈਟਿਕਸ ਦੇ ਹੈ ਨਾ ਆਨੰਦ ਆ ਰਿਹਾ ਨਾ ਹੁਣ ਜੇ ਤੁਸੀਂ ਇੱਥੇ 40 ਲਿਖੋਗੇ 40 ਆਊਗਾ ਜੇ 50 ਲਿਖੋਗੇ 50 ਆਊਗਾ ਤੁਸੀਂ ਕਹੋ ਜੀ ਐਡੀ ਵੱਡੀ ਗੁਣਾ ਮੈਂ ਤਾਂ ਮੈਂ ਸਕਿੰਟਾਂ 'ਚ ਕਰ ਲੈਂਦਾ ਬੱਚਾ ਕਹੂਗਾ ਯਾਰ ਕਮਾਲ ਹੈ ਕਿਵੇਂ ਕਰ ਲੈਣਾ ਪਰ ਫਿਰ ਉਹੀ ਗੱਲ ਅਧਿਆਪਕ ਹੈ ਤੁਹਾਨੂੰ ਜਿਹੜਾ ਇਹ ਦੱਸੂਗਾ ਵੀ ਇਹ ਕਿਸ ਤਰ੍ਹਾਂ ਹੁੰਦਾ ਦੇਖੋ ਪੋਸੀਬਲ ਕਿਵੇਂ ਹੋਇਆ ਬੜਾ ਆਸਾਨ ਹੈ ਪਰ ਕਦੋਂ ਆਸਾਨ ਹੈ ਜਦ ਇੱਕ ਅਧਿਆਪਕ ਮਿਲ ਗਿਆ ਜਿਹੜਾ ਕਿ ਸਾਰਾ ਕੁਛ ਐਕਸਪਲੇਨ ਕਰ ਰਿਹਾ ਤਾਂ ਆਸਾਨ ਹੈ ਕਿਤਾਬ ਵੀ ਇੱਕ ਅਧਿਆਪਕ ਹੈ ਕਿਤਾਬ ਇੱਕ ਅਧਿਆਪਕ ਹੈ ਔਰ ਚੰਗਾ ਦੋਸਤ ਹੈ ਖੋਲੋ ਪੜ੍ਹੋ ਪੜ੍ਹਦੇ ਨੇ ਲੋਕ ਕਿਤਾਬਾਂ ਤਾਂ ਪਹਿਲਾਂ ਰੱਖਤੀਆਂ ਵੀ ਆਨਲਾਈਨ ਚੱਲਦਾ ਸਾਰਾ ਕੁਛ ਚੱਲ ਕਿਤਾਬ ਨੂੰ ਕੀ ਪੜ੍ਹਨਾ ਨਾ ਬਹੁਤ ਜ਼ਰੂਰੀ ਹੈ ਕਿਤਾਬ ਜਦ ਤੱਕ ਦੇਖੋਗੇ ਨਹੀਂ ਪਤਾ ਨਹੀਂ ਲੱਗ ਜਿਹੜਾ ਅਧਿਆਪਕ ਹੈ ਨਾ ਜਦੋਂ ਤੁਹਾਨੂੰ ਸਹੀ ਤਰੀਕੇ ਦੇ ਨਾਲ ਦੱਸ ਦੂਗਾ ਵੀ ਆਹ ਅਤੇ ਆਹ ਗੁਣਾ ਕਰ ਕਰਕੇ ਪਹਿਲਾਂ ਉਹ ਕਹਿੰਦਾ ਜੀ ਆਹ ਆ ਗਿਆ ਜੀ 10,101 ਤਾਂ ਹੁਣ 27 ਨਾਲ ਕਰ ਲਓ ਗੁਣਾ ਇਹਨੂੰ ਤਾਂ 27 ਏਕਮ ਫਿਰ 27 ਏਕਮ ਫਿਰ 27 ਏਕਮ ਲੈ ਜਵਾਬ ਆ ਗਿਆ ਮਤਲਬ ਦੇਖਣ ਨੂੰ ਅਸੀਂ ਬੜੀ ਕੰਪਲੀਕੇਟਡ ਜਿਹਾ ਲੱਗਦਾ ਵੀ 259 ਨੂੰ 39 ਨਾਲ ਗੁਣਾ ਕਰਨਾ ਫਿਰ 27 ਨਾਲ ਕਰਨਾ ਜਾਂ ਮਤਲਬ ਉੱਥੇ ਤਾਂ ਜੇ ਤੁਸੀਂ ਇੱਥੇ ਮਤਲਬ ਵੀ 72 ਲਿਖਤਾ 72 ਸਾਲ ਕਿਸੇ ਦੀ ਉਮਰ ਹੈ ਤਾਂ ਇੱਥੇ 72 ਆਜੂਗਾ ਜੇ ਆਪਾਂ 3 ਅੰਕਾਂ ਦੀ ਆ 3 ਅੰਕਾਂ ਦੀ ਉਮਰ ਲਿਖੀ ਜਾ ਸਕਦੀ ਹੈ 3 ਅੰਕਾਂ ਦੀ ਗੱਲ ਲਿਖੋਗੇ 3 ਵਾਰੀ ਆਜੂਗਾ ਉਹਨੂੰ ਜਿਹੜਾ ਗੁਣਾ ਕਰਨਾ ਹੈ ਉਸ ਹਿਸਾਬ ਨਾਲ ਕਰਨਾ ਪਊਗਾ ਫਿਰ ਸਾਨੂੰ ਗੁਣਾ ਠੀਕ ਹੈ ਨਾ ਤਾਂ ਇਹ ਜਿਹੜਾ ਪੈਟਰਨ ਹੈ ਸਾਨੂੰ ਪੈਟਰਨ ਦੇਖਣ ਦੀ ਲੋੜ ਹੈ ਵੀ ਪੈਟਰਨ ਕਿਵੇਂ ਬਣਦਾ ਇੱਕ ਤੋਂ ਬਾਅਦ 0 ਫਿਰ 1 ਫਿਰ 0 1 ਤਾਂ ਹੁਣ ਜਿਹੜਾ ਸਾਡਾ ਕੰਪਿਊਟਰ ਹੈ ਉਹ ਇਹਦੇ 'ਤੇ ਕੰਮ ਕਰਦਾ ਹੈ 1 ਅਤੇ 0 'ਤੇ ਅਤੇ ਆਹ ਚੀਜ਼ਾਂ ਜਿਹੜੀਆਂ ਹੈ ਸਾਡੇ ਪੁਰਾਣੇ ਜਿਹੜੇ ਵਿਗਿਆਨੀ ਸੀਗੇ ਗਣਿਤ ਸ਼ਾਸਤਰੀ ਸੀ ਉਹ ਸਾਰਾ ਕੁਛ ਇਸ ਤਰੀਕਿਆਂ ਦੇ ਨਾਲ ਬਣਾ ਕੇ ਗਏ ਹੈ ਸਾਨੂੰ ਪੜ੍ਹਨ ਦੀ ਲੋੜ ਹੈ ਇਹਨਾਂ ਚੀਜ਼ਾਂ ਹਾਂ ਬਿਲਕੁਲ ਆਸਾਨ ਹੈ ਤੁਹਾਡੇ ਸਾਹਮਣੇ ਆ ਜਿੰਨੀਆਂ ਕੁ ਗੱਲਾਂ ਕੀਤੀਆਂ ਮੇਰੇ ਖਿਆਲ 'ਤੇ ਕੋਈ ਐਸੀ ਮੁਸ਼ਕਲ ਵਾਲੀ ਗੱਲ ਨਹੀਂ ਆਰਾਮ ਨਾਲ ਤੁਹਾਨੂੰ ਸਮਝ ਆਈਆਂ ਹੋਣਗੀਆਂ ਨਾ ਆਈਆਂ ਹੋਣ ਫਿਰ ਵੀ ਤੁਸੀਂ ਮੈਨੂੰ ਜਦ ਮਰਜ਼ੀ ਪੁੱਛ ਸਕਦੇ ਹੋ ਕਾਲ ਕਰਕੇ